डेढ़ महीना। और अगर ਤੁਸੀਂ ਇਹਨੂੰ ਨਹੀਂ ਲਾਉਣਾ ਚਾਹੁੰਦੇ ਤੇ ਉਹ ਜਿਹੜੇ ਕਟਿੰਗ ਦੀ ਜਿਹੜੀ ਲੱਗਦੇ ਉਹ ਕਿੰਨਾ ਸਾ ਇਹਦੇ ਤੇ ਉਹਦੇ ਫਰਕ ਕੀ ਹੈ ਕਟਿੰਗ ਦੇ ਲਈ ਇਹਦੇ ਲਈ ਕਟਿੰਗ ਦੀ ਥੋੜੀ ਜਿਹੀ ਮੁਸ਼ਕਲ ਹੈ ਸਾਡੇ ਕੋਲ ਅੱਛਾ ਸਿਸਟਮ ਨਹੀਂ ਹੈ ਉਹਨੇ ਹੀਟ ਦੇਣੀ ਪੈਂਦੀ ਹੈ ਹੀਟ ਦੇਣੀ ਉਹ ਬਕਾਇਦਾ ਇੱਕ ਪੂਰਾ ਸਿਸਟਮ ਕਮਰੇ ਚ ਉਹਨੂੰ ਰੱਖਣਾ ਪੈਂਦਾ ਚਲਾ ਜਾਏਗਾ ਉਹ ਫਰੂਟ ਵੀ ਤੇ ਜ਼ਿਆਦਾ ਲੱਗਦਾ ਫਰੂਟ ਜਲਦੀ ਦੇਣਾ ਉਹਦਾ ਫਾਇਦਾ ਨਹੀਂ ਪੌਦਾ ਵੱਡਾ ਪੌਦਾ ਫਰੂਟ ਜਲਦੀ ਦੇਂਦਾ ਕਿਉਂ ਏਅਰ ਲੈ ਰਿਹਾ ਅਗਲੇ ਸਾਲ ਦੇ ਦੇਗਾ ਔਰ ਇਹਨੂੰ ਕਟਿੰਗ ਕਹਿੰਦੇ ਆ ਕਿ ਆਇਸ ਸਮਰਾ ਸਾਹਿਬ ਉਹਨਾਂ ਨੇ ਕਿਹਾ ਕਿ ਇਹਨੂੰ ਅਗਰ ਤੁਸੀਂ ਕਟਿੰਗ ਨਹੀਂ ਕਰਨਾ ਚਾਹੁੰਦੇ ਤਾਂ ਇਸ ਪੌਦੇ ਨੂੰ ਇੱਥੋਂ ਫੜੋ ਇਹਨੂੰ ਇਹਦੇ ਨਾਲ ਬੰਨ੍ਹ ਦਿਓ ਇੱਥੇ ਥੱਲੇ ਕਿੱਲਾ ਗੱਡ ਕੇ ਇਹ ਜਿਹੜੀ ਇਹਦੀ ਸ਼ਾਖ 60 ਡਿਗਰੀ ਦੇ ਉੱਤੇ ਆ 70 ਡਿਗਰੀ ਤੇ ਉਹਨੂੰ ਫੜ ਲੱਗਣਾ ਜਿਹੜੀ ਸ਼ਾਖ 90 ਡਿਗਰੀ ਦੇ ਉੱਤੇ ਖੜੀ ਆ ਉਹਨੂੰ ਫੜ ਲੈਣ ਲੱਗਣਾ ਇਹ ਤਾਂ ਡਾਕਟਰ ਅਜ਼ੀਮ ਤਾਰਿਕ ਸਾਹਿਬ ਨੇ ਵੀ ਇਹ ਕਿਹਾ ਸੀ ਹਾਂਜੀ ਹਾਂਜੀ ਬਿਲਕੁਲ ਜਨਾਬ ਉਸਤਾਦ ਨੇ ਜਿਹੜੇ ਅਪ ਜਾਣੀ ਆ ਉਹਨੂੰ ਡਾਊਨ ਰੱਖਣਾ ਉਹਨੂੰ ਡਾਊਨ ਕਰ ਦੇਣਾ ਜਦੋਂ ਤੁਸੀਂ ਇੱਕ ਵਾਰੀ ਇਹਨੂੰ ਡਾਊਨ ਕਰੋਗੇ ਇਹਨੂੰ ਫਲ ਲੱਗਾਂਗੇ ਇਹ ਝੁੱਕ ਜਾਏਗਾ ਇਸ ਤਰ੍ਹਾਂ ਮੁੜ ਕੇ ਤੁਹਾਨੂੰ ਨੈਕਸਟ ਟਾਈਮ ਕਦੀ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਉਹਦੀ ਸ਼ੇਪ ਇੱਦਾਂ ਬਣ ਜਾਏਗੀ ਉਹਨੂੰ ਸ਼ਾਖਾਂ ਨਿਕਲਣਗੀਆਂ ਉਹਨੂੰ ਫਲ ਨਿਕਲੇਗਾ ਤੁਸੀਂ ਉਹਨੂੰ ਤੋੜਨਾ ਵੀ ਆਸਾਨ ਤੁਹਾਡੇ ਵਾਸਤੇ ਸਪਰੇਅ ਕਰਨਾ ਵੀ ਆਸਾਨ ਉਹਨੂੰ ਇਸ ਤਰ੍ਹਾਂ ਕਿ ਬੰਨ੍ਹਦੇ ਆ ਥੱਲੇ ਰੱਸੀ ਨਾਲ ਬੰਨ੍ਹਦੇ ਆ ਰੱਸੀ ਨਾਲ ਇੱਥੋਂ ਪਾ ਕੇ ਤੇ ਕਿੱਲਾ ਗੱਡ ਕੇ ਥੱਲੇ ਕੋਈ ਚੀਜ਼ ਇੱਕ ਟੈਨ ਨੂੰ ਬਣੀ ਆ ਸਾਰੀਆਂ ਨੂੰ ਸਾਈਡਾਂ ਤੋਂ ਇਹ ਇਸ ਤਰ੍ਹਾਂ ਪਿਆਲਾ ਟਾਈਪ ਬਣ ਜਾਏਗਾ ਅੱਛਾ ਵੀ ਚੁੱਕਾ ਜਾਂ ਪਿਆਲਾ ਟਾਈਪ ਜਿੱਦਾਂ ਵਿੱਚੋਂ ਖਾਲੀ ਵਿੱਚੋਂ ਖਾਲੀ ਹੋ ਜਾਏਗਾ ਠੀਕ ਹੋ ਗਿਆ ਵਿੱਚ ਹਵਾ ਵੀ ਜਾਏਗੀ ਰੋਸ਼ਨੀ ਸੂਰਜ ਦੀ ਵੀ ਤੁਹਾਨੂੰ ਮਸਲਾ ਕੋਈ ਨਹੀਂ ਹੋਏਗਾ ਫਲ ਤੋੜਨਾ ਵੀ ਆਸਾਨ ਹੋਏਗਾ ਕਿਉਂਕਿ ਇਹ ਤਾਂ ਤੁਸੀਂ ਅਗਰ ਨਾ ਕਰੋਗੇ ਤਾਂ ਦਰਖਤ ਬਣ ਜਾਏਗਾ ਬਹੁਤ ਵੱਡਾ ਦਰਖਤ ਬਣ ਜਾਏਗਾ ਇਸ ਤਰ੍ਹਾਂ ਸਾਰਿਆਂ ਨੂੰ ਫੁਲਾ ਦੇਣਾ ਤਾਂ ਪੌਦਾ ਤੁਹਾਡੀ ਰੇਂਜ 'ਚ ਆ ਜਾਏਗਾ ਉਹ ਫਿਰ ਫਰੂਟ ਕੱਟ ਦੇਗਾ ਇਹ ਆਟੋ ਬਰਾਟਿੰਕਾ ਇੱਕ ਵਰਾਇਟੀ ਹੈ ਔਰ ਇਹ ਕੋਰੀਟੀਨਾ ਹੈ ਬਾਰੀ ਵਨ ਵਾਲਿਆਂ ਦੀ ਉਹਨਾਂ ਨੇ ਨਾਮ ਦਿੱਤਾ ਬਾਰੀ ਵਨ ਕੋਰੀਟੀਨਾ ਇਹ ਸਾਰੀ ਜਿਹੜੀ ਕੋਰੀਟੀਨਾ ਕੋਰੀਟੀਨਾ ਇਹ ਵੀ ਸਾਰੀ ਟੇਬਲ ਵਰਾਇਟੀ ਹੈ ਮੋਟਾ ਮੋਟਾ ਮਾਸ਼ਾਅੱਲਾ ਇਹਦਾ ਕੋਰੀਟੀਨਾ ਸਾਰੀਆਂ ਬਾਹਰ ਦੀਆਂ ਇੱਥੇ ਸਿਰਫ ਇੱਕ ਵਰਾਇਟੀ ਬਣਾਈ ਸੀ ਇਹਨਾਂ ਨੇ FS17 ਆਪਣੀ ਉਹਨਾਂ ਦੀ ਚਕਵਾਲ ਵਾਲਿਆਂ ਦੀ ਉਹਦੇ ਮੈਂ ਛੋਟੇ ਪੌਦੇ ਲਾਏ ਆ ਥੋੜ੍ਹੇ ਕਾਫੀ ਮੋਟਾ ਫਰੂਟ ਹੁੰਦਾ ਉਹਦਾ ਅੱਛਾ ਇਹ ਮਾਸ਼ਾਅੱਲਾ ਇਸ ਤਰ੍ਹਾਂ ਤਿਆਰ ਆ ਹੁਣ ਇਹ ਕੋਈ ਵਰਾਇਟੀ ਇੱਥੇ ਤਾਂ ਬਹੁਤ ਜ਼ਿਆਦਾ ਤੁਸੀਂ ਲਾਈ ਨਾ ਇਹ ਬਸ ਜ਼ਿਆਦਾ ਬਹੁਤ ਜ਼ਿਆਦਾ ਫੈਲ ਗਿਆ ਸੀ ਨਾ ਇਹਦੇ 'ਚ ਮੈਂ ਕਟਿੰਗ ਜ਼ਿਆਦਾ ਕਰਨੀ ਸੀ ਇਸ ਤੋਂ ਮੈਂ ਜ਼ਿਆਦਾ ਲਾ ਦੇ ਜ਼ਿਆਦਾ ਕਟਿੰਗ